का खालसा वाहगुरु जी की फतेह जी। अज असी छोटियां पाला पिंड दे विच खड़े हैं जी। ये जलंधर जिले का पिंड आ, फलौर दे बिल्कुल नेड़े पैंदा नगर दे कोल। इत्थे इक बाहरला घर आ, किसे तैनू हवेली भी कह दिंदे ने लोग, ये जिंदा लग्या होया बाहरों। तो अंदर एक इंसान आ, पिछले 18 सालों तो बन्या होया संगल दे नाल, मैंटली अपसैट आ, रिशपाल सिंह काला उहदा नाम आ। माँ बाप की उहदे दी डैथ हो गई आ, उहदे भरा बाहर आ, इक इत्थे आ, जिहड़ा इत्थे आ उहने उहनू रख्या होया वा। अंदर ही पशु डंगर भी रखे होए आ, ते भरा भी इत्थे बन्या होया वा। 18 साल हो गए ने, ਉਹ ਇੱਕ ਜਾਨਵਰਾਂ ਵਰਗਾ ਜੀਵਨ ਬਤੀਤ ਕਰ ਰਿਹਾ ਰਿਸ਼ਪਾਲ ਸਿੰਘ ਕਾਲਾ। ਪਰਿਵਾਰ ਨੂੰ ਬੁਲਾਉਣ ਲਈ ਗਏ ਨੇ ਬਾਪੂ ਜੀ ਸਾਹਮਣੇ ਘਰ ਵਾਲੇ, ਅਤੇ ਮਾਤਾ ਦੇ ਜਦੋਂ ਪਰਿਵਾਰ ਆਵੇ ਆ ਕੇ ਸਾਡੇ ਨਾਲ ਗੱਲ ਕਰੇ, ਅਸੀਂ ਕੋਸ਼ਿਸ਼ ਕਰੀਏ ਇਸ ਵੀਰ ਦੀ ਜ਼ਿੰਦਗੀ 'ਚ ਕੁਛ ਚੰਗਾ ਕਰ ਸਕੀਏ, ਇਹਨੂੰ ਅਸੀਂ ਆਪਣੇ ਨਾਲ ਲਿਜਾ ਕੇ ਇਹਦਾ ਇਲਾਜ ਕਰਵਾ ਸਕੀਏ। ਅੱਜ ਆਜ਼ਾਦ ਭਾਰਤ ਦੇ ਵਿੱਚ ਇੱਦਾਂ ਦੀ ਸੰਗਲਾਂ ਨਾਲ ਭਰੀ ਹੋਈ ਗੁਲਾਮੀ ਭਰੀ ਜ਼ਿੰਦਗੀ ਬਤੀਤ ਕਰਨਾ ਕਿਸੇ ਨਰਕ ਤੋਂ ਘੱਟ ਨਹੀਂ। ਅਤੇ ਬਾਕੀ ਦੇਖਦੇ ਹਾਂ ਪਰਿਵਾਰ ਆ ਕੇ ਕੀ ਰਿਐਕਟ ਕਰਦਾ, ਅਤੇ ਕਿੱਦਾਂ ਦੀ ਉਹ ਸਾਡੇ ਨਾਲ ਸਪੋਰਟ ਕਰਦਾ, ਅਤੇ ਅਸੀਂ ਕਿੱਦਾਂ ਵੀਰ ਦੀ ਮਦਦ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ, ਹੋਰ ਠੀਕ ਠਾਕ ਹੋ ਵੀਰੇ? ਠੀਕ ਆ ਬਾਈ ਜੀ, ਅਸੀਂ ਰਿਸ਼ਪਾਲ ਸਿੰਘ ਕਾਲੇ ਦੀ ਖਾਤਰ ਆਏ ਸੀ ਬਾਈ ਜੀ, ਅਤੇ ਅਸੀਂ ਉਹਨਾਂ ਦਾ ਤੁਹਾਡੀ ਮਦਦ ਲਈ ਆਏ ਹਾਂ। ਇਸ ਗੱਲ ਦਾ ਧਿਆਨ ਰੱਖਿਓ ਵੀ ਅਸੀਂ ਕੋਈ ਤੁਹਾਡੇ ਅੰਗੇਜ਼ ਨਹੀਂ ਆਏ ਤੁਹਾਡੇ, ਪਰ ਇੱਕ ਗੱਲ ਇਹ ਆ ਵੀ ਬੇਨਤੀ ਆ ਵੀ ਆਪਾਂ ਨੂੰ ਇੱਦਾਂ ਬੰਨ ਕੇ ਇਹਦੀ ਜ਼ਿੰਦਗੀ ਰੱਖਣਾ, ਉਹਨੂੰ ਠੀਕ ਕੀਤਾ ਜਾ ਸਕਦਾ। ਹੁਣ ਦਵਾਈਆਂ ਬਹੁਤ ਸਾਰੀਆਂ ਆਈਆਂ ਨੇ, ਉਹ ਠੀਕ ਹੋ ਸਕਦਾ। ਅਸੀਂ ਸਾਡੇ ਕੋਲ 250 ਮੈਂਬਰ ਰਹਿੰਦਾ ਇੱਦਾਂ ਦਾ, ਅਸੀਂ ਇੱਦਾਂ ਸੜਕਾਂ ਤੋਂ ਵੀ ਚੱਕਦੇ ਹਾਂ, ਬੰਨਿਆਂ ਹੋਇਆਂ ਨੂੰ ਵੀ ਛਡਾਉਂਦੇ ਹਾਂ, ਇੱਦਾਂ ਦੇ ਲੋਕਾਂ ਦੀ ਮਦਦ ਕਰਦੇ ਹਾਂ। ਲੁਧਿਆਣੇ ਦੇ ਨਾਲ ਹੀ ਸਾਡਾ ਪਿੰਡ ਆ ਹਸਨਪੁਰ, ਅਸੀਂ ਆਪਣੇ ਖੇਤ ਦੇ ਵਿੱਚ ਹੀ ਇੱਕ ਸੁਪਨਿਆਂ ਦਾ ਘਰ ਕਹਿੰਦੇ ਅਸੀਂ ਬਣਾਇਆ ਹੋਇਆ, ਉੱਥੇ ਸਾਡੇ ਕੋਲ 250 ਮੈਂਬਰ ਰਹਿੰਦੇ ਨੇ, ਅਤੇ ਅਸੀਂ ਉੱਥੋਂ ਪਹੁੰਚੇ ਹਾਂ ਬਾਈ। ਤੁਹਾਡੇ ਭਰਾ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਜੀ, ਸਾਰਾ ਕੁਝ ਦੱਸਿਓ। ਪਿੱਛੇ ਆ ਕੇ ਗਏ ਨਾ ਪਿਛਲੇ ਸਾਲ, ਇੱਥੇ ਆਉਂਦੇ ਜਾਂਦੇ ਬਹੁਤ ਹੁੰਦੇ। ਬੇਨਤੀ ਹੈ ਵੀ ਆਪਾਂ ਐਵੇਂ ਬੰਨ ਕੇ ਨਹੀਂ ਰੱਖ ਸਕਦੇ, ਆਪਾਂ ਤੌਰ 'ਤੇ ਸਮਝਾਉਂਦਾ ਰੋਟੀ ਜੇ ਤੁਸੀਂ ਕਹੋਗੇ, ਜੇ ਤੁਸੀਂ ਲੈ ਕੇ ਆਉਣਾ ਨਾਲ, ਤੁਸੀਂ ਚੱਲ ਕੇ ਨਾਲ ਲੈ ਆਓ ਦਵਾਈ ਦਵਾ ਦਿਓ। ਆਪਾਂ ਤਾਂ ਨਹੀਂ ਜਾ ਸਕਦੇ, ਉਹ ਤਾਂ ਪੁੱਟਣ ਮਾਨ ਪਾਇਆ ਤਾਂ ਮੈਂ ਆਪਣਾ ਫਿਰ ਅਸੀਂ ਫਿਰ ਅਸੀਂ ਕਰ ਲਾਂਗੇ ਕੰਟਰੋਲ ਉਹਨੂੰ। ਬਹੁਤ ਜ਼ਿਆਦਾ ਇਸ ਕਮਰੇ ਦੇ ਵਿੱਚ ਇਹ ਵੀਰ ਆ ਜਿਹੜਾ ਰਿਸ਼ਪਾਲ ਸਿੰਘ ਕਾਲਾ ਵੀਰ ਬੰਨਿਆ ਹੋਇਆ ਸੰਗਲਾਂ ਨਾਲ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਨੇ ਬਾਈ? ਕੀ ਕਮਰੇ ਬਾਈ ਦਾ ਹਾਲ? ਭਰਾ ਨੀ ਇੱਕ ਉੱਥੇ ਜਿਹੜਾ ਬਾਹਰ, ਜਿਹੜਾ ਬਾਹਰ ਆ, ਜਿਹੜਾ ਭਰਾ ਇੱਕ ਆਹ ਵਾਲਾ ਜਾਣਦਾ ਇਹਨੂੰ ਮਿਲਣ ਆਇਆ ਸੀ, ਇਹਨੇ ਸਾਨੂੰ ਤੇਰੀ ਵੀਡੀਓ ਬਣਾ ਕੇ ਭੇਜੀ ਸੀਗੀ, ਦੱਸਿਆ ਸੀਗਾ ਕਹਿੰਦਾ ਮੇਰੇ ਭਰਾ ਦੀ ਯਾਰ ਮਦਦ ਕਰੋ ਆ ਰਿਹਾ, ਜਾਣਦਾ ਇਹਨੂੰ? ਸੰਗਲ ਖੋਲ ਦੀਏ ਤੇਰਾ ਹੈ ਉਹ ਕਾਲੇ ਬਾਈ, ਸੰਗਲ ਖੋਲ ਦੀਏ। ਫਿਰ ਕਹਿੰਦੇ ਤੂੰ ਮਾਰਦਾ ਕੁੱਟਦਾ ਵਾ, ਇੱਟਾਂ ਮਾਰਦਾ ਹੈ ਬਾਈ। ਅੱਛਾ ਜੀ, ਪੜ੍ਹਿਆ ਲਿਖਿਆ ਕਿੰਨਾ ਬਾਈ? ਸੋਹਣਾ ਸੁਨੱਖਾ ਪੂਰਾ ਸੀ, ਕੱਪੜਿਆਂ ਦਾ ਉਹ ਮੰਜਾ ਟੁੱਟਿਆ ਪਿਆ, ਇੱਕ ਬਾਈ ਦਾ ਵਿਚਾਰੇ ਦਾ ਟੁੱਟ ਜਾਂਦਾ ਹੋਊ ਜਾਂ ਗੁੱਸੇ 'ਚ ਤੋੜ ਦਿੰਦਾ ਹੋਊ, ਆਹ ਵੀ ਮੰਜੇ ਦੀਆਂ ਕਿਵੇਂ ਸਰੀਏ ਦੇ ਨਾਲ ਬੰਨ ਬੰਨ ਕੇ ਕਿਤੇ ਆਉਣਾ ਮਤਲਬ ਉਹਨੇ ਰੋਟੀ ਰੱਖਣ ਹੱਥ ਜੋ ਜੀ ਜਾ ਕੇ ਚੱਕ ਕੇ ਸਿਰ ਮਾਰਦਾ। ਕੀ ਹੋਇਆ, ਕੀ ਸੀ ਇਹਨੂੰ ਜਦੋਂ ਪਹਿਲੀ ਵਾਰੀ ਇਹ ਮੈਂਟਲੀ ਅਪਸੈਟ ਹੋਇਆ, ਮਤਲਬ ਕੀ ਹੋਇਆ, ਕੋਈ ਸੱਟ ਸੁੱਟ ਲੱਗੀ ਸੀ ਇਹਦੇ ਜਾਂ ਕੀ ਗੱਲ ਹੋਈ ਸੀ, ਕਿਵੇਂ ਹੋਇਆ? ਨਸ਼ਾ ਨਸ਼ਾ ਕਰਦਾ ਸੀ, ਜਿੱਦਾਂ ਕੰਮ ਚੱਲ ਆਉਂਦਾ ਸੀ, ਜਿੱਦਾਂ ਆਪਣੇ ਦਵਾ ਨਹੀਂ ਸੀ, ਖੁਸ਼ਕ ਹੋ ਗਿਆ।
ਉਦੋਂ ਕਿਹਨਾਂ ਨੇ ਇਲਾਜ ਵੀ ਕਾਫੀ ਕਰਾਇਆ ਸੀ ਵਾੜੇ ਕਰਾਇਆ ਸੀ ਆਪਣੇ ਸਵਾਲ ਜਿਹੜਾ ਹਸਪੀਟਲ ਰਿਹਾ ਉਸ ਤੋਂ ਬਾਅਦ ਜਾਨੀ ਦਿਨਪੁਰ ਦੇ ਨੇ ਵੱਧ ਹੈਗਾ ਜੀ ਹੁਣ ਅੱਗੇ ਇਹਨਾਂ ਨੂੰ ਕਾਫੀ ਠੀਕ ਆ ਨਹੀਂ ਤਾਂ ਅੱਗੇ ਪਹਿਲਾਂ ਤਾਂ ਕਈ ਸਾਲ ਤਾਂ ਜਿੱਦਾਂ ਜੋ ਜੀ ਜਾ ਕੇ ਕਰਨਾ ਰਿਹਾ ਦਾਰਾ ਸਿੰਘ ਤੇਰੇ ਭਰਾ ਦਾ ਨਾਮ ਦਾਰਾ ਅਸੀਂ ਤੇ ਨਾਲ ਚੱਲ ਹਨਾ ਉਹਦੇ ਨਾਲ ਗੱਲ ਕਰ ਲਓ ਉਹ ਨਹੀਂ ਕਰਦਾ ਉਹ ਛਤਰੀ ਜੀ ਵਾਲੀ ਉਹ ਸਾਹਮਣੇ ਭਰਾ ਦੀ ਕੋਠੀ ਹੈ ਜੀ ਬਾਹਰ ਨੇ ਜਰਮਨ 'ਚ ਨੇ ਕਿਤੇ ਜਰਮਨ 'ਚ ਨੇ ਸ਼ਾਇਦ ਕਿਤੇ ਉਹ ਦਾਰਾ ਸਿੰਘ ਬਾਈ ਦਾ ਨਾਮ ਆ ਅਤੇ ਅਸੀਂ ਤਾਂ ਭਰਾ ਵਾ ਬੇਨਤੀ ਕਰਦੇ ਹਾਂ ਉਹਨੂੰ ਵੀ ਵੀਰ ਨੂੰ ਬੇਨਤੀ ਕਰਦੇ ਹਾਂ ਨੌਹਾਂ ਤੋਂ ਮਾਸ ਨਹੀਂ ਅਲੱਗ ਹੁੰਦਾ ਹੁੰਦਾ ਭਰਾ ਭਰਾ ਹੀ ਹੁੰਦੇ ਆ ਚਲੋ ਇਹਦੀ ਕਿਸਮਤ ਸੀ ਵਿਚਾਰੇ ਦੀ ਇਹਨੂੰ 18 ਸਾਲ 15-17 ਸਾਲ ਬੰਨ ਕੇ ਰਹਿਣਾ ਪਿਆ ਕਿਉਂਕਿ ਇਹਦੇ ਹਾਲਾਤ ਹੀ ਇੱਦਾਂ ਦੇ ਹੋ ਗਏ ਸੀਗੇ ਡਾਕਟਰ ਸੀ ਪਰ ਅੱਜ ਤਾਂ ਬਹੁਤ ਚੰਗੇ ਡਾਕਟਰ ਵੀ ਆ ਗਏ ਨੇ ਜਿਹੜੇ ਦਿਮਾਗ ਦੇ ਸਾਈਕੈਟ੍ਰਿਕ ਡਾਕਟਰ ਨੇ ਅਤੇ ਚੰਗੀ ਮੈਡੀਸਨ ਵੀ ਆ ਦਵਾਈਆਂ ਵੀ ਆ ਚੁੱਕੀਆਂ ਵਾ ਜਿਨ੍ਹਾਂ ਨਾਲ ਚੰਗਾ ਟ੍ਰੀਟਮੈਂਟ ਹੋ ਸਕਦਾ ਅਤੇ ਅੱਜ ਦੇ ਯੁੱਗ ਦੇ ਵਿੱਚ ਵੀ ਜੇ ਇੱਕ ਇਨਸਾਨ ਨੂੰ ਬੰਨ ਕੇ ਰੱਖਣਾ ਹੋਵੇ ਤਾਂ ਅਸੀਂ ਉਹਨੂੰ ਮੂਰਖਤਾ ਕਹਾਂਗੇ ਅਸੀਂ ਉਹਨੂੰ ਪਹਿਲਾਂ ਇਹਦੇ ਡੈਡੀ ਮੰਮੀ ਜਿਉਂਦੇ ਸੀ ਫਾਦਰ ਸਾਹਿਬ ਦੀ ਵੀ ਡੈਥ ਹੋ ਗਈ ਕੁਛ ਕੁ ਮਹੀਨੇ ਪਹਿਲਾਂ ਹੀ 5-6 ਮਹੀਨੇ ਪਹਿਲਾਂ ਹੀ ਸਰਦਾਰ ਨਿਰਮਲ ਸਿੰਘ ਜੀ ਦੀ ਵੀ ਡੈਥ ਹੋ ਗਈ ਆ ਅਤੇ ਹੁਣ ਕਾਲੇ ਦੀ ਜ਼ਿੰਦਗੀ ਹੈ ਜਿਹੜੀ ਉਹ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਨਿਕਲ ਰਹੀ ਆ ਫਿਰ ਵੀ ਧੰਨਵਾਦ ਕਰਦੇ ਹਾਂ ਅਸੀਂ ਇਹਦੇ ਭਰਾ ਦਾ ਬੱਗਾ ਸਿੰਘ ਦਾ ਜਿਹੜਾ ਘੱਟੋ ਘੱਟ ਰੋਟੀ ਪਾਣੀ ਤਾਂ ਦੇਈ ਜਾਂਦਾ ਇਹਨੂੰ ਪਰ ਜਿਹੜੇ ਦੇ ਹਾਲਾਤ ਆ ਜਿਵੇਂ ਇਹਦੇ ਕਮਰੇ ਦੇ ਮੂਹਰੇ ਟੋਆ ਕੱਢ ਕੇ ਡੰਗਰਾਂ ਵਾਂਗ ਰੱਖਿਆ ਹੋਇਆ ਇਹਦੇ 'ਚ ਪਿਸ਼ਾਬ ਕਰ ਦਿੰਦਾ ਇੱਥੇ ਹੀ ਟੋਇਲਟ ਕਰ ਦਿੰਦਾ ਲੈਟਰਿਨ ਕਰ ਦਿੰਦਾ ਕਹੀ ਦੇ ਨਾਲ ਜਿਵੇਂ ਡੰਗਰਾਂ ਦਾ ਗੋਹਾ ਚੱਕਦੇ ਨੇ ਜਿਵੇਂ ਡੰਗਰ ਬੰਨੇ ਹੋਏ ਨੇ ਉਸੇ ਤਰ੍ਹਾਂ ਇਹਨੂੰ ਵੀ ਚੱਕ ਕੇ ਟੋਇਲਟ ਬਾਥਰੂਮ ਇਹਦਾ ਸਾਫ਼ ਕਰ ਦਿੰਦੇ ਆ ਭਰਾ ਰੋਟੀ ਦੇ ਦਿੰਦੇ ਆ ਪਰ ਇਸ ਤੋਂ ਵੱਧ ਕੇ ਹੋਰ ਵੀ ਬਹੁਤ ਕੁਛ ਕੀਤਾ ਜਾ ਸਕਦਾ ਅਤੇ ਵਾਹਿਗੁਰੂ ਸਾਨੂੰ ਸਮੱਤ ਬੁੱਧੀ ਬਖਸ਼ਣ ਬਲ ਬੁੱਧੀ ਬਖਸ਼ਣ ਅਸੀਂ ਇਹਦੀ ਵੀਰ ਦੀ ਰਿਸ਼ਪਾਲ ਸਿੰਘ ਕਾਲੇ ਦੀ ਮਦਦ ਕਰ ਸਕੀਏ ਗੱਲ ਕਰੇ ਭਾਜੀ ਉਹਨਾਂ ਨਾਲ ਹਾਂਜੀ ਹਾਂਜੀ ਬਾਈ ਜੀ ਦਾਰਾ ਸਿੰਘ ਜੀ ਬੋਲਦੇ ਹੋ ਹਾਂਜੀ ਵੀਰ ਜੀ ਅਸੀਂ ਲੈਣ ਆਏ ਸੀਗੇ ਹਨਾ ਬਾਈ ਨੂੰ ਰਸ਼ਪਾਲ ਸਿੰਘ ਕਾਲੂ ਨੂੰ ਤੁਹਾਨੂੰ ਕੋਈ ਪ੍ਰੋਬਲਮ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਗਾ ਲੈ ਜਾਈਏ ਅਸੀਂ ਹਾਂਜੀ 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 ਬਾਕੀ ਬਾਈ ਲੈ ਜਾਈਏ ਇੱਕ ਮਿੰਟ ਵੀਰੇ ਹਾਂ ਬਾਕੀ ਵੀਰੇ ਲੈ ਜਾਈਏ ਹਾਂਜੀ ਹੁਣ ਸਾਰੇ ਮੰਨ ਗਏ ਹੁਣ ਨਾਲ ਲੈ ਕੇ ਜਾ ਰਹੇ ਹਾਂ ਅਸੀਂ ਕੱਪੜੇ ਪਾ ਲਾ ਕੱਪੜੇ ਵੰਡ ਜਾਣਾ ਕਾਲੇ ਬਾਈ ਦੇਖੋ ਭਰਾ ਭਰਾ ਦਾ ਪਿਆਰ ਵੀ ਕਰਦਾ ਵਾ ਹਨਾ ਉਹਦੇ ਵਾਸਤੇ ਕੱਪੜੇ ਲੈ ਕੇ ਆਇਆ ਚੱਕ ਕੇ ਘਰੋਂ ਪਤਾ ਨਹੀਂ ਕੀ ਕਹੀਏ ਇਸ ਇਹਨਾਂ ਹਾਲਾਤਾਂ ਨੂੰ ਵੀ ਜਿਹੜੇ ਹਾਲਾਤਾਂ ਦੇ ਵਿੱਚ ਇਹਨੂੰ ਵੀਰ ਨੂੰ ਇੰਨਾ ਸਮਾਂ ਰਹਿਣਾ ਪਿਆ ਕਾਲੇ ਬਾਈ ਪੱਟ ਤੇ ਮੋਰ ਨੀ ਪਾਈ ਆ ਹੈਂ ਕਿੱਥੋਂ ਪਵਾਈ ਸੀ ਇਹ ਚੰਗਾ ਵੀਰੇ ਬਾਂਹ ਕਿਵੇਂ ਨਿਕਲੂਗੀ ਖੜ ਜਾ ਕੋਈ ਨਾ ਝੱਗਾ ਬਾਂਹ ਨਿਕਲੀ ਤਾਂ ਪਊਗਾ ਹਾਂ ਖੋਲਦੇ ਤੇ ਅਸੀਂ ਅੱਜ ਪਾਲਾਂ ਛੋਟੀਆਂ ਪਾਲਾਂ ਪਿੰਡ 'ਚ ਪਹੁੰਚੇ ਸੀ ਸਰਪੰਚ ਪ੍ਰੀਤ ਬਾਈ ਸਾਡਾ ਪ੍ਰਿਤਪਾਲ ਸਿੰਘ ਦੀ ਹਾਜ਼ਰੀ 'ਚ ਹੋਰ ਪਤਵੰਤ ਸੱਜਣਾਂ ਦੀ ਸਾਰਿਆਂ ਦੀ ਹਾਜ਼ਰੀ 'ਚ ਉਹਦੇ ਭਰਾ ਦੀ ਹਾਜ਼ਰੀ 'ਚ ਦੂਜਾ ਜਿਹੜਾ ਵੱਡਾ ਭਰਾ ਵਾ ਜਿਹੜਾ ਬਾਹਰ ਆ ਜਰਮਨ 'ਚ ਦਾਰਾ ਸਿੰਘ ਵੀਰ ਉਹਦੀ ਵੀ ਅਸੀਂ ਸਹਿਮਤੀ ਲਈ ਆ ਨਾਲ ਅਤੇ ਜਿਹੜਾ ਇਹਨਾਂ ਦਾ ਇੱਕ ਮਾਮਾ ਜੀ ਦਾ ਬੇਟਾ ਰੇਸ਼ਮ ਸਿੰਘ ਬਾਈ ਜੀ ਨੇ ਸਾਨੂੰ ਦੱਸਿਆ ਸੀ ਉਹਦੇ ਨਾਲ ਵੀ ਸਾਡੀ ਗੱਲ ਹੋਈ ਸਾਰਿਆਂ ਦੀ ਸਹਿਮਤੀ ਨਾਲ ਅਸੀਂ ਹੁਣ ਇਸ ਵੀਰ ਨੂੰ ਆਪਣੇ ਨਾਲ ਲੈ ਕੇ ਚੱਲੇ ਹਾਂ ਰਿਸ਼ਪਾਲ ਸਿੰਘ ਨੂੰ ਬਾਈ ਨੂੰ ਅਤੇ ਪਰਮਾਤਮਾ ਸਾਨੂੰ ਸਮੱਤ ਬਖਸ਼ੇ ਵੀ ਅਸੀਂ ਇਸ ਵੀਰ ਦਾ ਜਿਹੜਾ 18 ਸਾਲਾਂ ਤੋਂ ਲੱਗਿਆ ਹੋਇਆ ਇਹ ਸੰਗਲ ਆ ਜਿਹੜਾ ਖਿਲਾਉਣ ਜਾ ਰਹੇ ਹਾਂ ਜੀ ਅਤੇ ਤੁਸੀਂ ਵੀ ਸਾਰੇ ਕਰਿਓ ਜੀ ਅਰਦਾਸ ਬੇਨਤੀ
ਵੀ ਇਹ ਵੀਰ ਇੱਕ ਚੰਗਾ ਜੀਵਨ ਜਿਉਵੇਂ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਹ ਜਿਹੜਾ ਸੰਗਲ ਆ ਬਾਈ ਦਾ ਇਹ ਖੁੱਲ ਗਿਆ ਅੱਜ। ਕਾਲੇ ਬਾਈ ਕਿਵੇਂ ਆ ਨਿੰਘੇ ਵਿੱਚ ਦੀ ਬੰਦ ਹੋ ਜਾਣਾ ਤੇਰਾ ਬਸ। ਬੋਲੇ ਸੋ ਨਿਹਾਲ ਬਾਈ ਕਾਲਾ ਸਾਡਾ ਆਜ਼ਾਦ ਹੋ ਗਿਆ ਜੀ ਅੱਜ। ਅਤੇ ਅਸੀਂ ਜਿਹੜੀ ਇਹ ਗੁੱਟ 'ਤੇ ਲੱਗੀ ਹੋਈ ਜਿੰਦੀ ਆ ਇਹ ਵੀ ਖੋਲ੍ਹਣ ਲੱਗਿਆ ਹੁਣ ਬਾਈ ਦੇ। ਅਤੇ ਦੇਖਦੇ ਹਾਂ ਕਹਿੰਦੇ ਬਾਈ ਕਈ ਵਾਰੀ ਗੁੱਸਾ ਕਰਦਾ ਭੱਜਦਾ। ਬਾਈ ਗੁੱਸਾ ਤਾਂ ਨਹੀਂ ਕਰਦਾ ਸਾਡੇ ਨਾਲ, ਖੁਸ਼ ਹਾਂ ਲੈ ਖੜਦਾ ਹੁਣ ਆਪਾਂ ਵੀ ਖੋਲ੍ਹ ਦਈਏ। ਦੇਖੋ ਜਿੰਦਾ ਵੀ ਨਾ ਪਤਾ ਨਹੀਂ ਕਿੰਨੇ ਸਮੇਂ ਤੋਂ ਲੱਗਿਆ, ਜਾਮ ਹੋਇਆ ਪਿਆ ਪਤਾ ਨਹੀਂ ਤਾਂ ਇਹ ਜਿਵੇਂ ਐਂ ਲੱਗਦਾ ਜਿਵੇਂ ਬਿਲਡਿੰਗ ਹੀ ਕੀਤਾ ਹੁੰਦਾ ਜਿੰਦਾ ਹੀ। ਭਲੀ ਸੋ ਨਿਹਾਲ ਸਤਿ ਸ੍ਰੀ ਅਕਾਲ। ਆ ਜਿੰਦੀ ਅਤੇ ਆ ਸੰਗਲੀ ਆ ਜਿਹੜੀ ਗੁੱਟ ਨਾਲੋਂ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਇਹ ਗੁੱਟ ਤੋਂ ਅਲੱਗ ਹੋਈ ਆ। ਅਤੇ ਆ ਜਿੰਦੇ ਨੂੰ ਨਾ ਤੁਸੀਂ ਦੇਖੋ ਕਿੱਦਾਂ ਲੱਗਦਾ ਨਹੀਂ ਕਿ ਵੀ ਇਹ ਜਿੰਦਾ ਉੱਪਰੋਂ ਖੁੱਲੂਗਾ ਕਿਸੇ ਟਾਈਮ, ਹੈ ਨਾ, ਜੁੜਿਆ ਪਿਆ ਜਮਾਂ ਹੀ ਨਾਲ ਹੀ। ਅਤੇ ਪਰ ਅੱਜ ਬਾਈ ਕਾਲੇ ਦੀ ਸਾਡੇ ਦੀ ਰਿਹਾਈ ਹੋਣ ਜਾ ਰਹੀ ਆ। ਅਸੀਂ ਕਾਲੇ ਬਾਈ ਨੂੰ ਸਾਡੇ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹਾਂ। ਪਰਮਾਤਮਾ ਕਿਰਪਾ ਕਰਨ ਅਸੀਂ ਵੀਰ ਕਾਲੇ ਨੂੰ ਕਿ ਮੂੰਹ 'ਚੋਂ ਹੁਣ ਲਫ਼ਜ਼ ਨਹੀਂ ਨਿਕਲਦੇ, ਇੰਨਾ ਜਜ਼ਬਾਤ ਇਕੱਠੇ ਹੋ ਗਏ ਨੇ। ਅਤੇ ਅਸੀਂ ਅੱਜ ਪਹਿਲੀ ਵਾਰ ਬਾਈ ਇਸ ਘਰ ਤੋਂ ਬਾਹਰ ਨਿਕਲਿਆ ਕਿੰਨੇ ਸਾਲਾਂ ਬਾਅਦ। ਬਾਈ ਤੁਸੀਂ ਦੇਖਿਆ ਕਿੰਨੇ ਸਾਲਾਂ ਬਾਅਦ ਨਿਕਲਿਆ ਹੈ ਸਰਪੰਚ ਸਾਹਿਬ? ਦਸਾਂ ਸਾਲਾਂ ਬਾਅਦ ਸਰਪੰਚ ਸਾਹਿਬ ਦੱਸਦੇ ਆ ਵੀ ਆ ਬੀਹੀ ਦੇ ਉੱਤੇ ਬਾਹਰ ਆਇਆ ਇਹ ਨਿਕਲ ਕੇ ਇਸ ਘਰ ਦੇ ਵਿੱਚੋਂ। ਅਤੇ ਅੱਜ ਪਰਮਾਤਮਾ ਦੀ ਮਿਹਰ ਨਾਲ ਇਹ ਜਿੰਦਾ ਵੀ ਖੁੱਲ੍ਹ ਗਿਆ। ਭੈਣੇ ਤੁਸੀਂ ਦੇਖਿਆ ਸੀ ਕਦੇ ਇੱਦਾਂ ਤੁਰੇ ਜਾਂਦਾ ਵੀਰਾ? ਅੱਛਾ ਜੀ, ਪਹਿਲੀ ਵਾਰ ਦੇਖਿਆ। ਵਾਹਿਗੁਰੂ, ਆ ਜਾਓ ਜੀ ਬਾਈ, ਚੱਲੀਏ ਅੱਜ ਵਾਂਢੇ ਨੂੰ, ਖਾ ਪੀ ਕੇ ਆਈਏ ਕੁਛ। ਦੇਖੋ ਕਾਲਾ ਬਾਈ ਐਨ ਸ਼ਾਂਤੀ ਦੇ ਨਾਲ ਗੱਡੀ 'ਚ ਬੈਠ ਗਿਆ ਅਤੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇੱਦਾਂ ਹੀ ਸ਼ਾਂਤ ਜ਼ਿੰਦਗੀ ਬਤੀਤ ਕਰੇ। ਤੁਸੀਂ ਵੀ ਸਾਰੇ ਅਰਦਾਸ ਕਰਿਓ ਇਹਨਾਂ ਸੰਗਲੀਆਂ ਤੋਂ, ਇਹਨਾਂ ਬੇੜੀਆਂ ਤੋਂ ਜਿਹੜੇ ਲੋਕ ਬੰਨੇ ਹੋਏ ਨੇ ਆਜ਼ਾਦ ਹੋ ਸਕਣ। ਅਸੀਂ ਉਹਨਾਂ ਦੀ ਇੱਕ ਛੋਟੀ ਜਿਹੀ ਵੀ ਮਦਦ ਕਰ ਸਕੀਏ, ਸੱਚੇ ਪਾਤਸ਼ਾਹ ਸਾਨੂੰ ਸਮੱਤ ਬੁੱਧੀ ਬਖਸ਼ਣ, ਧੰਨਵਾਦ ਕਰਦੇ ਹਾਂ ਅਸੀਂ। ਚਲੋ ਭਰਾ ਦਾ, ਛੋਟੇ ਦਾ ਜਿਹੜਾ ਬਾਈ ਦਾ ਭਰਾ ਵਾ, ਧੰਨਵਾਦ ਤੇਰਾ ਭੈਣੇ, ਤੂੰ ਵੀ ਸਾਥ ਦਾ, ਤੇਰਾ ਭਰਾ ਅੱਜ ਖੁੱਲ੍ਹ ਗਿਆ ਸੰਗਲਾਂ ਤੋਂ ਆਜ਼ਾਦ ਹੋ ਗਿਆ। ਅਤੇ ਸੱਚੇ ਪਾਤਸ਼ਾਹ ਤੁਹਾਨੂੰ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਬਖਸ਼ੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਰਪੰਚ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡਾ ਵੀਰਾ ਜਸਪਾਲ ਸਿੰਘ ਕਾਲਾ ਵੀਰ ਨੂੰ ਅਸੀਂ ਛੋਟੀਆਂ ਪਾਲਾਂ 9 ਤੋਂ ਲੈ ਕੇ ਆਏ ਹਾਂ। ਘੱਟੋ ਘੱਟ 10-12 ਸਾਲਾਂ ਬਾਅਦ ਅੱਜ ਉਸ ਘਰ 'ਚੋਂ, ਹਵੇਲੀ ਕਹਿੰਦੇ ਜਿਹਨੂੰ ਬਾਹਰਲਾ ਘਰ, ਪਸ਼ੂਆਂ ਡੰਗਰਾਂ ਵਾਲਾ ਘਰ ਹੁੰਦਾ ਜਿੱਥੇ,
ਉੱਥੋਂ ਬਾਹਰ ਨਿਕਲਿਆ ਅੱਜ ਇਹ ਬਾਈ ਅਤੇ ਅੱਜ ਅਸੀਂ ਰਸਤੇ ਦੇ ਵਿੱਚ ਖੜ੍ਹੇ ਉੱਥੇ ਚਾਹ ਪਾਣੀ ਪੀਤਾ ਇਹ ਬਾਈ ਦੱਸਦਾ ਸੀ ਆਇਆ ਕੱਲ ਵੀਰੇ ਉੱਥੇ ਜਦੋਂ ਸਤਲੁਜ ਦਰਿਆ ਟੱਪੇ ਉਹ ਵੀ ਇਹਨੇ ਦੇਖਿਆ ਕਹਿੰਦਾ ਯਾਰ ਮੈਂ 20 ਸਾਲਾਂ ਬਾਅਦ ਕਿਤੇ ਸਤਲੁਜ ਦਰਿਆ ਦੇਖਿਆ ਹੋਇਆ ਜੀ ਕੋਈ ਗੁੱਸਾ ਨਹੀਂ ਕੀਤਾ ਕੋਈ ਨਾਰਾਜ਼ਗੀ ਨਹੀਂ ਕੋਈ ਗਲਤ ਨਹੀਂ ਬੋਲਿਆ ਕਿਸੇ ਨੂੰ ਬਾਪੂ ਰਾਹ ਦੇ ਵਿੱਚ ਬਿਲਕੁਲ ਸ਼ਾਂਤ ਆ ਜਿਵੇਂ ਦੱਸਣ ਮੁਤਾਬਕ ਵੀ ਇਹ ਗਾਲਾਂ ਕੱਢਦਾ ਕੁੱਟਦਾ ਮਾਰਦਾ ਇੱਟਾਂ ਮਾਰਦਾ ਪਰ ਕੁਛ ਨਹੀਂ ਸੀਗਾ ਇਹੋ ਜਿਹਾ ਕੁਛ ਪਰਮਾਤਮਾ ਦੀ ਮਿਹਰ ਆ ਬਾਪੂ ਇਹ ਸਾਡੇ ਪਰਿਵਾਰ ਦੇ ਵਿੱਚ ਸ਼ਾਮਿਲ ਹੋਇਆ ਸੰਗਲ ਤੋਂ ਆਜ਼ਾਦ ਹੋ ਗਿਆ ਅੱਜ ਪਰਮਾਤਮਾ ਮਿਹਰ ਕਰੇ ਕਦੇ ਜ਼ਿੰਦਗੀ 'ਚ ਬਾਪੂ ਨੂੰ ਅੱਜ ਤੋਂ ਬਾਅਦ ਇੱਦਾਂ ਦੇ ਹਾਲਾਤਾਂ ਨਾਲ ਦੇਖਣਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਠਾਰਾਂ ਸਾਲ ਜ਼ਿੰਦਗੀ ਦੇ ਸੰਗਾਂ ਦੇ ਵਿੱਚ ਗੁਜ਼ਾਰਨੇ ਕੋਈ ਛੋਟੀ ਮੋਟੀ ਕੋਈ ਆਮ ਗੱਲ ਨਹੀਂ ਦੋ ਪੀੜ੍ਹੀਆਂ ਬਦਲ ਜਾਂਦੀਆਂ 10 ਸਾਲਾਂ ਦੇ ਵਿੱਚ ਗਲਾਸ ਪਾਣੀ ਦਾ ਰੱਖਦਾ ਸਤਿ ਸ਼੍ਰੀ ਅਕਾਲ ਬਾਈ ਚੰਗਾ ਬਾਈ ਸੌਂ ਜਾ ਸਵੇਰੇ ਮਿਲਾਂਗੇ ਚੰਗਾ ਬਾਈ ਹੱਥ ਮਾਰ